ਸਾਡੇ ਅਸਲਾਮ ਵਾਲੇਕੁਮ ਬ੍ਰਾਹਮਣ, ਕੀ ਹਾਲ ਹੈ? ਠੀਕ ਹੋ? ਅਸੀਂ ਬਾਈ ਆਏ ਹਾਂ ਜੀ, ਅਸੀਂ ਮੰਡੀ ਬਵਨ ਦੀਨ ਦਾ ਪਿੰਡ ਹੈ ਪਾਂਡੋਵਾਲ ਜੀ। ਇੱਥੇ ਇਹ ਟਰੈਕਟਰ ਅਸੀਂ ਛੁਪੇ ਸਲਾਇਆ ਹਾਂ ਜਨਾਬ। ਉਹ ਇਹ ਟਰੈਕਟਰ ਹੈ ਜੀ 93। ਤੁਹਾਨੂੰ ਇਹਦਾ ਰਿਵਿਊ ਕਰਵਾਉਂਦੇ ਹਾਂ ਕਿ ਟਰੈਕਟਰ ਕੀ ਸ਼ਾਇਦ ਜਾਂ ਸੇਲ ਕਰਨਾ ਹੈ ਜਾਂ ਸਾਈ ਚੌਕ ਰੱਖਿਆ ਪੁੱਛਦੇ ਹਾਂ ਉਹਨਾਂ ਦੇ ਕੋਲ। ਆਹੋ ਤੁਸੀਂ ਵੀ ਜੀ ਰਾਂਝਾ ਸਾਹਿਬ ਆ ਜਾਓ ਤੁਸੀਂ ਵੀ। ਅਤੇ ਰਾਂਝਾ ਸਾਹਿਬ ਇਹ ਦੱਸੋ ਕਿ ਟਰੈਕਟਰ ਸੇਲ ਤਾਂ ਨਹੀਂ ਕਰਨਾ? ਅੱਛਾ, ਆਪਣੇ ਸ਼ੌਕ ਵਾਸਤੇ ਰੱਖਿਆ ਜੀ? ਅਤੇ ਟਰੈਕਟਰ ਨੂੰ ਇੰਨਾ ਸ਼ੌਕ ਰੱਖਿਆ ਇਹਨੇ ਕਿ ਆਹ ਰਿਮਾਉਂਡ ਹੈ ਜੀ, ਇਸ ਰਿਮਾਉਂਡ 'ਤੇ ਸਟਾਰਟਿੰਗ ਹੈ ਜੀ। ਇਹ ਜੀ ਇਹਦੀ ਸਟਾਰਟਿੰਗ ਚੱਲ ਤੇ ਜਾਂ ਐਸੇ? ਅੱਛਾ, ਇਹ ਤੁਹਾਨੂੰ ਵਿਖਾਈਂਦੇ ਹਾਂ ਜਨਾਬ, ਟਰੈਕਟਰ ਵਿਖਾ ਕੇ ਟਰੈਕਟਰ ਦਾ ਸਲਾ ਯਾਨੀ ਕਿ ਰਿਮਾਉਂਡ 'ਤੇ। ਅਤੇ ਟਰੈਕਟਰ ਹੈ ਜਨਾਬ ਉਹ 93 ਜਿਲਵਾਂ ਦੇ ਲੋਕ ਇਹਦਾ ਸ਼ੌਕ ਹੈ। ਪੱਟੀ ਜਿਹੜੀ ਹੈ ਨਾ ਕਾਲੀ ਹਟਾ ਕੇ ਇਹਨੇ ਸਫੈਦ ਲਵਾ ਦਿੱਤੀ ਹੋਈ ਹੈ। ਅਤੇ ਟਰੈਕਟਰ ਤੁਸੀਂ ਆਪ ਵੇਖ ਲਓ ਕਿ ਟਰੈਕਟਰ ਕਿਵੇਂ ਦਾ ਬਈਆ ਵੇਖ ਕੇ ਦਿਖਾਓ ਟਰੈਕਟਰ ਨੂੰ। ਇਹ ਟਰੈਕਟਰ ਦਾ ਵੇਖੋ ਯਾਨੀ ਕਿ ਜਿਹੜੀਆਂ ਜਿਹੜਾ 3 ਦਾ 4 ਗੋਲੀ ਵਾਲਾ ਪੰਪ ਲੱਗਾ ਹੋਇਆ ਜੀ। ਥੋੜ੍ਹਾ ਦਿਖਾਈਂਦਾ ਟਰੈਕਟਰ ਅਤੇ ਰੰਗ ਬਾਈ ਉਹਨਾਂ ਆਪ ਹੀ ਕੀਤਾ ਹੈ ਜਿਵੇਂ ਦਾ ਵੀ ਰੰਗ ਹੋਇਆ ਨਾ ਸਾਈ ਆਪ ਹੀ ਕੀਤਾ ਹੈ। ਅਤੇ ਡੇਰੇ ਤੋਂ ਡੱਕ ਕੇ ਇਸ 'ਤੇ ਜੈਨੀਆਂ ਦੇ ਸਾਰਾ ਰੰਗ ਆਈ ਅਤੇ ਇਹਨਾਂ ਬੰਦਿਆਂ ਨੂੰ ਪਤਾ ਕੋਈ ਨਾ ਆਈ ਕਿ ਜੈਨੀਆਂ ਰੰਗ ਦੀ ਕੀ ਯਾਨੀ ਕਿ ਅਹਿਮੀਅਤ ਹੁੰਦੀ ਹੈ। ਇਹਨਾਂ ਪੇਂਟ ਕਰਾ ਛੱਡਿਆ ਜੀ ਅਤੇ ਪੱਟੀ ਵੀ ਚਿੱਟੀ ਕਰਾ ਦਿੱਤੀ ਨੇ। ਟਰੈਕਟਰ ਦਾ ਮੀਟਰ ਤੱਕ ਚੱਲਦਾ ਹੈ। ਇਹਦਾ ਟਰੈਕਟਰ ਤੁਸੀਂ ਵੇਖਿਆ ਕੋਈ ਨਾ, ਅਸੀਂ ਸਿਰਫ ਟਰੈਕਟਰ ਦੇ ਰੰਗ ਵਗੈਰਾ ਥੋੜ੍ਹਾ ਤੁਹਾਨੂੰ ਕੁਝ ਦਿਸਦਾ ਪਿਆ। ਅਤੇ ਇਹ ਤੁਹਾਨੂੰ ਸਲਾਬ ਮਾਰ ਕੇ ਵਿਖਾਈਂਦੇ ਹਾਂ ਜੀ। ਦੂਜਾ ਹੈ ਅਗਲਾ ਹੈ ਸਟਾਰਟਿੰਗ ਵਾਲਾ ਜੀ, ਬਟਨ ਹੈ ਜੀ। ਅਤੇ ਬੜੀ ਉਹਨਾਂ ਸ਼ੌਕ ਨਾਲ ਯਾਨੀ ਕਿ ਚੀਜ਼ ਰੱਖੀ ਹੈ ਜੀ। ਬੜੇ ਬੜੇ ਟਰੱਕਾਂ ਦਾ ਤੁਸੀਂ ਸਾਊਂਡ ਸੁਣਿਆ ਸੀ ਜੀ, ਇਹ ਟਰੈਕਟਰ ਦਾ ਸਾਊਂਡ ਤੁਸੀਂ ਕਮੈਂਟ ਹੈ ਦੱਸਣਾ ਕਿ ਤੁਹਾਨੂੰ ਕਿਵੇਂ ਦਾ ਲੱਗਾ ਹੈ। ਅਤੇ ਚੱਕੇ ਤੱਕ ਅਗਲਾ ਜੈਨੀਅਨ ਰੱਖਿਆ ਹੋਇਆ ਕਿ ਬਣਾਇਆ ਵੀ ਨਹੀਂ ਹੁੰਦੇ। ਅਤੇ ਗੇਜਾਂ ਡੀਜ਼ਲ ਵਾਲੀ ਵੀ ਗੇਜ ਚੱਲਦੀ ਹੈ, ਤੁਸੀਂ ਆਪ ਵੇਖੀਏ ਜੀ। ਅਤੇ ਕਿਸੇ ਬਾਈ ਕੋਲ ਅਗਰ ਇਹਦਾ ਹੋਇਆ ਤਾਂ ਸਾਨੂੰ ਵਿਖਾਓ ਤਾਂ ਸਹੀ ਕਿ ਤੁਹਾਡੇ ਕੋਲ ਵੀ ਕੁਛ ਹੈ ਜਾਂ ਕੋਈ ਨਾ। ਚਾਹੀਦੇ ਬਿਮਾਰੀ ਰਾਂਝਾ ਸਾਹਿਬ ਖੜੇ ਜੀ, ਉਹਨਾਂ ਦਾ ਟਰੈਕਟਰ ਹੈ ਜੀ, ਪਤਾ ਹੁੰਦਾ ਰਾਂਝਾ ਸਾਹਿਬ। ਇਹ ਬਾਈ ਹੋਰੀ ਐਨ ਪਤਾ ਹੁੰਦਾ ਰਾਂਝਾ ਸਾਹਿਬ ਜੀ ਦਾ ਟਰੈਕਟਰ ਹੈ। ਬਾਈ 70 ਬੰਪਰ ਮੇਕਰ ਵਾਲੇ ਜਿਹੜੇ ਜ਼ਿਲ੍ਹਾ ਚਨਿਓਰ ਦੇ ਮਸ਼ਹੂਰ ਬੰਪਰ ਬਣਾਉਂਦੇ ਨੇ ਅਤੇ ਬਾਈ ਉਹ ਹੈ ਕਿਆ ਬਾਈ ਹੋਰੀ ਉਹਦੇ ਡਰਾਈਵਰ ਹਨ। ਬਾਈ ਜਾਨ ਕੀ ਦਵਾਂ ਆਪਣਾ ਚਲਿੰਦਾ ਜੀ, ਉਹ ਕੀ ਮਹਿਸੂਸ ਕਰਦੇ ਹੋ ਗੱਡੀ? ਬਹੁਤ ਅੱਛੀ ਗੱਡੀ ਹੈ। ਅੱਛਾ, ਅਤੇ ਰਾਂਝੇ ਸਾਹਿਬ ਨੂੰ ਆਖਿਆ ਤਾਂ ਸੇਲ ਕਰਦੇ ਯਾਰ ਅਸੀਂ ਲੈ ਲੈਂਦੇ ਹਾਂ। ਰਾਂਝੇ ਸਾਹਿਬ ਆਖਿਆ ਬਈ ਮੈਂ ਸ਼ੌਕ ਤੁਰ ਪਿਆ, ਮੈਂ ਕੋਈ ਨਹੀਂ ਜਾਏਗਾ। ਅਤੇ ਤੁਸੀਂ ਬਿਰਾਵਾਂ ਕਮੈਂਟ ਦੱਸਣਾ ਕਿ ਟਰੈਕਟਰ ਕਿਵੇਂ?